ਰੇਡੀਓ ਜਨਪ੍ਰਦੇਸ਼ੀ ਤੇ ਦੇਸ਼ ਦੁਨੀਆ ਦੀਆਂ ਖਬਰਾਂ ਦੇ ਨਾਲ ਗਗਨਦੀਪ ਹਾਜ਼ਰ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਬ੍ਰਾਜ਼ੀਲ ਦਾ ਚੀਨ ਨੂੰ ਝਟਕਾ ਸੈਨੋਵੈ ਕੋਰੋਨਾ ਵੈਕਸੀਨ ਦਾ ਟਰਾਇਲ ਕੀਤਾ ਰੱਦ ਵਿਕਟੋਰੀਆ ਦੇ ਵਿੱਚ ਲਗਾਤਾਰ 11ਵੇਂ ਦਿਨ ਵੀ ਕੋਰੋਨਾ ਵਾਇਰਸ ਨਾਲ ਜੁੜੇ ਮਾਮਲੇ ਰਹੇ ਜ਼ੀਰੋ ਬਿਹਾਰ ਚੋਣਾਂ ਦੀ ਗਿਣਤੀ ਦੇ ਵਿਚਾਲੇ ਨੀਤੀਸ਼ ਕੁਮਾਰ ਨੂੰ ਮਿਲਣ ਪੁੱਜੇ ਸ਼ਸ਼ੀਲ ਮੋਦੀ ਤੇ ਭੋਪੇਂਦਰ ਯਾਦਵ ਬਿਹਾਰ ਚੋਣਾਂ ਦੇ ਨਤੀਜੇ ਚੋਣ ਕਮਿਸ਼ਨ ਦਾ ਬਿਆਨ ਦੇਰ ਰਾਤ ਤੱਕ ਚੱਲ ਸਕਦੀ ਹੈ ਵੋਟਾਂ ਦੀ ਗਿਣਤੀ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਮੀਟਿੰਗ ਦੇ ਲਈ ਭੇਜਿਆ ਸੱਦਾ। ਕੈਪਟਨ ਨੇ ਗ੍ਰੀਨ ਦਿਵਾਲੀ ਮਨਾਉਣ ਦੇ ਲਈ 2 ਘੰਟਿਆਂ ਦੀ ਦਿੱਤੀ ਛੁੱਟ। ਹੁਣ ਖਬਰਾਂ ਵਿਸਥਾਰ ਨਾਲ। ਬ੍ਰਾਜ਼ੀਲ ਨਾਲ ਸੰਬੰਧਿਤ ਰਿਓ ਡੀ ਜਨੇਰਿਓ ਤੋਂ ਆਈ ਇਸ ਖਬਰ ਦੇ ਅਨੁਸਾਰ ਬ੍ਰਾਜ਼ੀਲ ਨੇ ਚੀਨ ਨੂੰ ਵੱਡਾ ਝਟਕਾ ਦਿੰਦੇ ਹੋਏ ਸੇਨੋਵੈਕ ਕੰਪਨੀ ਦੀ ਕੋਰੋਨਾ ਵੈਕਸੀਨ ਕੋਰੋਨਾ ਵੈਕ ਦੇ ਟਰਾਇਲ ਨੂੰ ਰੱਦ ਕਰ ਦਿੱਤਾ ਹੈ। ਬ੍ਰਾਜ਼ੀਲ ਦੇ ਸਿਹਤ ਰੈਗੂਲੇਟਰ ਨੇ ਕਿਹਾ ਹੈ ਕਿ ਹੀਰੋਕ ਵੈਕਸੀਨ ਲਗਾਉਣ ਦੇ ਕਾਰਨ ਇੱਕ ਪ੍ਰਤੀਕੂਲ ਘਟਨਾ ਦੇ ਬਾਅਦ ਲਗਾਈ ਗਈ ਹੈ। ਸਿਹਤ ਵਿਭਾਗ ਨੇ ਕਿਹਾ ਹੈ ਕਿ ਇਹ ਘਟਨਾ 29 ਅਕਤੂਬਰ ਨੂੰ ਵਾਪਰੀ ਸੀ ਪਰ ਹੁਣ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਘਟਨਾ ਬ੍ਰਾਜ਼ੀਲ ਦੇ ਵਿੱਚ ਵਾਪਰੀ ਹੈ ਜਾਂ ਫਿਰ ਕਿਸੇ ਦੂਜੇ ਦੇਸ਼ ਦੇ ਵਿੱਚ ਸਾਓ ਪਾਉਲੋ ਦੇ ਮੈਡੀਕਲ ਖੋਜ ਸੰਸਥਾਨ ਬੁਟਾਨੰਨ ਦੇ ਪ੍ਰਮੁੱਖ ਡਿਮਾਸ ਕੋਵਾਸ ਨੇ ਕਿਹਾ ਹੈ ਕਿ ਵੈਕਸੀਨ ਦੇ ਕਾਰਨ ਹੋਈ ਇੱਕ ਮੌਤ ਦੇ ਬਾਅਦ ਚੀਨੀ ਵੈਕਸੀਨ ਦੇ ਟਰਾਇਲ ਨੂੰ ਰੋਕਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਜਿਹੜੀ ਮੌਤ ਹੋਈ ਹੈ ਉਹ ਵੈਕਸੀਨੇਸ਼ਨ ਦੇ ਨਾਲ ਸੰਬੰਧਿਤ ਨਹੀਂ ਹੈ। ਨਾਲ ਹੀ ਉਨ੍ਹਾਂ ਕਿਹਾ ਹੈ ਕਿ ਇਸ ਸਮੇਂ 10,000 ਤੋਂ ਵੱਧ ਲੋਕਾਂ ਦੇ ਇਸ ਵੈਕਸੀਨ ਦਾ ਟਰਾਇਲ ਚੱਲ ਰਿਹਾ ਹੈ। ਅੱਜ ਇਹ ਵਿੱਚ ਕਿਸੇ ਇੱਕ ਵਿਅਕਤੀ ਦੀ ਵੀ ਮੌਤ ਹੋ ਸਕਦੀ ਹੈ। ਬ੍ਰਾਜ਼ੀਲ ਦੇ ਰਾਸ਼ਟਰਪਤੀ ਜ਼ਾਇਰ ਬੋਲਸਨਾਰੋ ਨੇ ਚੀਨ ਦੇ ਕੋਵਿਡ-19 ਟੀਕੇ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਸੀ ਕਿ ਬ੍ਰਾਜ਼ੀਲ ਦੇ ਲੋਕ ਕਿਸੇ ਦੇ ਲਈ ਗਿਨੀ ਪਿਗ ਨਹੀਂ ਬਣ ਸਕਦੇ। ਉਹਨਾਂ ਨੇ ਕਈ ਦਿਨ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਉਹਨਾਂ ਦਾ ਦੇਸ਼ ਚੀਨ ਤੋਂ ਕਰੋਨਾ ਵਾਇਰਸ ਦੀ ਵੈਕਸੀਨ ਨਹੀਂ ਖਰੀਦੇਗਾ। ਰਾਸ਼ਟਰਪਤੀ ਬੋਲਸਨਾਰੋ ਨੇ ਸੋਸ਼ਲ ਮੀਡੀਆ ਤੇ ਆਪਣੇ ਇੱਕ ਸਮਰਥਕ ਨੂੰ ਜਵਾਬ ਦਿੰਦੇ ਹੋਏ ਲਿਖਿਆ ਸੀ ਕਿ ਨਿਸ਼ਚਿੰਤ ਰੂਪ ਦੇ ਨਾਲ ਅਸੀਂ ਚੀਨੀ ਵੈਕਸੀਨ ਨਹੀਂ ਖਰੀਦਾਂਗੇ। ਆਸਟ੍ਰੇਲੀਆ ਨਾਲ ਸੰਬੰਧਿਤ ਮੈਲਬੌਰਨ ਥੁਏ ਇਸ ਕਵਰ ਦੇ ਅਨੁਸਾਰ ਆਸਟ੍ਰੇਲੀਆਈ ਸੂਬੇ ਵਿਕਟੋਰੀਆ ਦੇ ਵਿੱਚ ਲਗਾਤਾਰ 11ਵੇਂ ਦਿਨ ਵੀ ਕਰੋਨਾ ਵਾਇਰਸ ਦੇ 0 ਨਵੇਂ ਮਾਮਲੇ ਦਰਜ ਕੀਤੇ ਗਏ ਨੇ ਕੋਈ ਵੀ ਵਾਧੂ ਮੌਤ ਨਹੀਂ ਹੋਈ ਹੈ ਪਿਛਲੇ 24 ਘੰਟਿਆਂ ਦੇ ਵਿੱਚ ਇੱਥੇ ਲਗਭਗ 13000 ਟੈਸਟ ਕੀਤੇ ਗਏ ਨੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਘੋਸ਼ਣਾ ਕਰ ਦਿੱਤੀ ਹੈ ਕਿ ਰਾਜ ਦੇ ਵਿੱਚ ਦੇਸ਼ ਦੀ ਉੱਚਤਮ ਟੈਸਟਿੰਗ ਦਰ ਹੈ ਰਾਜ ਦੇ ਵਿੱਚ ਹੁਣ ਕੋਵਿਡ-19 ਦੇ ਸਿਰਫ 4 ਐਕਟਿਵ ਮਾਮਲੇ ਨੇ ਜਿਨ੍ਹਾਂ ਦੇ ਵਿੱਚ ਇੱਕ ਅਣਜਾਣ ਸਰੋਤ ਵਾਲਾ ਹੈ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਨੇ ਕੁਝ ਸਮੇਂ ਪਹਿਲਾਂ ਇਸ ਖਬਰ ਦਾ ਐਲਾਨ ਕੀਤਾ ਸੀ ਇਹ ਵਿਕਾਸ ਉਦੋਂ ਹੋਇਆ ਹੈ ਜਦੋਂ ਵਿਕਟੋਰੀਆ ਦੇ ਸਿਹਤ ਅਧਿਕਾਰੀ ਸਾਹਿਬਾ ਹੌਟਸਪੌਟ ਉਪਨਗਰਾਂ ਦੇ ਵਿੱਚ ਵਾਇਰਸ ਦੇ ਕਿਸੇ ਵੀ ਚੱਲ ਰਹੇ ਮਾਮਲਿਆਂ ਦਾ ਪਤਾ ਲਗਾਉਣ ਦੇ ਲਈ ਇੱਕ ਵੱਡੇ ਟੈਸਟਿੰਗ ਦੀ ਤਿਆਰੀ ਕਰਦੇ ਨੇ ਰਾਜ ਦੇ ਵਿੱਚ ਟੈਸਟਿੰਗ ਡਰਾਈਵ ਹਰ ਕਿਸੇ ਦੇ ਲਈ ਖੁੱਲੀ ਹੋਵੇਗੀ 5 ਲੱਖ ਨਿਵਾਸੀਆਂ ਦੇ ਧਿਆਨ ਕੇਂਦਰਿਤ ਕਰਦੇ ਹੋਏ ਅਧਿਕਾਰੀ ਮੈਲਬੌਰਨ ਦੇ ਉੱਤਰ ਅਤੇ ਪੱਛਮ ਵੱਲ ਜ਼ਿਆਦਾ ਧਿਆਨ ਦੇਣਗੇ ਪਰਤਨਾਲ ਸੰਬੰਧਿਤ ਪਟਨਾ ਦਵਾਏ ਇਸ ਖਬਰ ਦੇ ਅਨੁਸਾਰ ਬਿਹਾਰ ਦੀਆਂ ਸਾਰੀਆਂ 243 ਸੀਟਾਂ ਦੇ ਲਈ ਵੋਟਾਂ ਦੀ ਗਿਣਤੀ ਜਾਰੀ ਹੈ ਰੋਜ਼ਾਨਾ ਦੇ ਵਿੱਚ ਐਨਡੀਏ ਨੂੰ ਬਹੁਤ ਮਿਲ ਚੁੱਕਿਆ ਹੈ 112 ਸੀਟਾਂ ਤੇ ਮਹਾਗਠਬੰਧਨ ਦੇ ਉਮੀਦਵਾਰ ਅੱਗੇ ਚੱਲ ਰਹੇ ਨੇ ਉੱਥੇ ਹੀ ਚੋਣਾਂ ਦੇ ਫਾਈਨਲ ਨਤੀਜੇ ਆਉਣ ਤੋਂ ਪਹਿਲਾਂ ਐਨਡੀਏ ਦੇ ਨੇਤਾ ਆਪਣੀ ਜਿੱਤ ਤੇ ਪੱਕਾ ਯਕੀਨ ਕਰ ਚੁੱਕੇ ਨੇ ਅਤੇ ਬਿਹਾਰ ਦੇ ਮੌਜੂਦਾ ਮੁੱਖ ਮੰਤਰੀ ਨੀਤੀਸ਼ ਕੁਮਾਰ ਦੇ ਨਾਲ ਮੀਟਿੰਗ ਕਰਨ ਦੇ ਲਈ ਪਹੁੰਚ ਚੁੱਕੇ ਨੇ ਚੋਣ ਕਮਿਸ਼ਨ ਦੇ ਰੁਝਾਨਾ ਦੇ ਅਨੁਸਾਰ ਐਨਡੀ 123 ਸੀਟਾਂ ਦੇ ਅੱਗੇ ਚੱਲ ਰਹੀ ਹੈ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਅਤੇ ਬਿਹਾਰ ਦੇ ਲਈ ਭਾਜਪਾ ਇੰਜਾਜ ਭពਿੰਦਰ ਯਾਦਵ ਮੰਤਰੀ ਮੰਗਲ ਪਾਂਡੇ ਸਮੇਤ ਹੋਰ ਸੀਨੀਅਰ ਅਧਿਕਾਰੀ ਨੇਤਾ ਮੀਟਿੰਗ ਕਰਨ ਪਹੁੰਚੇ ਭਾਰਤ ਨਾਲ ਸੰਬੰਧਿਤ ਆਈਐਸ ਕਵਰ ਦੇ ਅਨਸਾਰ ਬਿਹਾਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੋਟਾਂ ਦੀ ਗਿਣਤੀ ਜਾਰੀ ਹੈ ਹੁਣ ਤੱਕ ਦੇ ਆਏ ਰੁਝਾਨਾ ਦੇ ਵਿੱਚ ਰਾਸ਼ਟਰੀ ਜਨਤਾਧਰਿਕ ਗਠਜੋੜ ਨੂੰ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ ਯਾਨੀ ਕਿ ਨੀਤੀਸ਼ ਕੁਮਾਰ ਮੋੜ ਮੁੱਖ ਮੰਤਰੀ ਬਣ ਸਕਦੇ ਨੇ ਉਥੇ ਹੀ ਤੇਜਸਵੀ ਯਾਦਵ ਦੀ ਅਗਵਾਈ ਵਾਲਾ ਬਿਹਾਰ ਮਹਾਗਠ ਜੋੜ 100 ਸੀਟਾਂ ਦੇ ਅੱਗੇ ਚੱਲ ਰਿਹਾ ਹੈ ਇਸ ਸਬੰਧ ਦੇ ਦਰਮਿਆਨ ਚੋਣ ਕਮਿਸ਼ਨ ਨੇ ਸਾਫ਼ ਕਰ ਦਿੱਤਾ ਹੈ ਕਿ ਚੋਣ ਨਤੀਜਿਆਂ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਅੰਦਾਜ਼ਾ ਲਾਉਣਾ ਹਜੇ ਜਲਦਵਾਜੀ ਹੋਵੇਗਾ ਬਿਹਾਰ ਦੇ ਵਿੱਚ 1 ਕਰੋੜ ਤੋਂ ਵੱਧ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ ਤੇ ਆਖਰੀ ਨਤੀਜੇ ਮੰਗਲਵਾਰ ਦੇਰ ਰਾਤ ਤੱਕ ਆਉਣਗੇ ਅਜੇ ਵੀ ਵੱਡੇ ਹਿੱਸੇ ਦੀ ਵੋਟਾਂ ਦੀ ਗਿਣਤੀ ਕਰਨੀ ਬਾਕੀ ਹੈ ਚੋਣ ਕਮਿਸ਼ਨ ਨੇ ਦੁਪਹਿਰ ਬਾਅਦ ਇਹ ਜਾਣਕਾਰੀ ਦਿੱਤੀ ਹੈ ਡਿਪਟੀ ਚੋਣ ਕਮਿਸ਼ਨ ਚੰਦਰਪੂਸ਼ਨ ਸੰਦੀਪ ਜਾਨ ਅਤੇ ਆਸ਼ੀਸ਼ ਗੁੰਦਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਈਸਵਰ ਬਿਹਾਰ ਚੋਣਾਂ ਦੇ ਵਿੱਚ 63% ਦੀ ਤਵੱਦ ਵੋਟ ਕੇਂਦਰ ਬਣਾਏ ਗਏ ਸੀ ਕਿਉਂਕਿ ਹਰੇਕ ਕੇਂਦਰ ਤੇ 1500 ਤੱਕ ਹੀ ਵੋਟਰ ਬੋਟ ਪਾ ਸਕਦੇ ਸੀ ਪੰਜਾਬ ਨਾਲ ਸੰਬੰਧਿਤ ਚੰਡੀਗੜ੍ਹ ਤੋਂ ਆਈ ਇਸ ਖਬਰ ਦੇ ਅਨੁਸਾਰ ਪੰਜਾਬ ਦੇ ਵਿੱਚ ਕਈ ਦਿਨਾਂ ਤੋਂ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਮੀਟਿੰਗ ਦੇ ਲਈ ਸੱਦਾ ਭੇਜਿਆ ਗਿਆ ਹੈ। ਕਿਸਾਨਾਂ ਨੂੰ ਸੱਦਾ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਰੇਲ ਮੰਤਰੀ ਪੀਯੂਸ਼ ਗੋਇਲ ਵੱਲੋਂ ਭੇਜਿਆ ਗਿਆ ਹੈ। ਕਿਸਾਨਾਂ ਤੇ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਵਿਚਕਾਰ ਇਹ ਮੀਟਿੰਗ 13 ਨਵੰਬਰ ਨੂੰ ਦਿੱਲੀ ਦੇ ਵਿਗਿਆਨ ਪਵਨ ਵਿਖੇ ਸਵੇਰੇ ਰੱਖੀ ਗਈ ਹੈ। ਜਿਸ ਦੇ ਵਿੱਚ ਕਿਸਾਨਾਂ ਦੇ ਸ਼ਾਮਲ ਹੋਣ ਦੇ ਲਈ ਕਿਸਾਨੀ ਯੂਨੀਅਨਾਂ ਨੂੰ ਸੱਦਾ ਭੇਜਿਆ ਗਿਆ ਹੈ। ਪੰਜਾਬ ਨਾਲ ਸੰਬੰਧਿਤ ਚੰਡੀਗੜ੍ਹ ਤੋਂ ਆਈ ਇਸ ਖਬਰ ਦੇ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਡੀ ਗੋਵਿੰਦਗੜ੍ਹ ਨੂੰ ਚਾੜ੍ਹ ਕੇ ਸੋਬੇ ਦੇ ਵਿੱਚ ਦਿਵਾਲੀ ਅਤੇ ਗੁਰਪੁਰਬ ਤੇ ਪ੍ਰਦੂਸ਼ਣ ਮੁਕਤ ਹਰੇ ਪਟਾਕੇ ਚਲਾਉਣ ਦੇ ਲਈ 2 ਘੰਟਿਆਂ ਦਾ ਸਮਾਂ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਨੇ 크ਿਸਮਸ ਦੇ ਤਿਉਹਾਰ ਤੇ ਵੀ ਕੁਝ ਰੋਕਾਂ ਦੇ ਨਾਲ ਪਟਾਕੇ ਚਲਾਉਣ ਦੀ ਇਜਾਜ਼ਤ ਦੇਣ ਦਾ ਵੀ ਐਲਾਨ ਕੀਤਾ ਹੈ। ਮੰਡੀ ਗੋਬਿੰਦਗੜ ਜਿੱਥੋਂ ਦੀ ਆਬਾ ਹਵਾ ਦਾ ਪ੍ਰਦੂਸ਼ਣ ਬਹੁਤ ਮਾੜਾ ਹੈ ਉਸ ਵਿੱਚ ਅੱਧੀ ਰਾਤ ਤੋਂ 9-10 ਨਵੰਬਰ ਤੋਂ ਲੈ ਕੇ 3 ਨਵੰਬਰ ਤੋਂ 1 ਦਸੰਬਰ ਤੱਕ ਮੁਕੰਮਲ ਪਾਬੰਦੀ ਲਾਗੂ ਕੀਤੀ ਜਾ ਚੁੱਕੀ ਹੈ। ਇਹਨਾਂ ਹੁਕਮਾਂ ਦੇ ਮੁਤਾਬਕ ਸਿਰਫ ਹਰੇ ਪਟਾਕੇ ਚਲਾਉਣ ਦੀ ਇਜਾਜ਼ਤ ਹੋਵੇਗੀ ਅਤੇ ਇਹ ਹੁਕਮ ਕੌਮੀ ਗ੍ਰੀਨ ਟ੍ਰਿਬਿਊਨਲ ਦੇ ਦਿਸ਼ਾ ਨਿਰਦੇਸ਼ਾਂ ਦੇ ਨਾਲ-ਨਾਲ ਕੋਵਿਡ-19 ਦੀ ਸਮੱਸਿਆ ਪਟਾਕਿਆਂ ਦੇ ਨਾਲ ਹੋਰ ਗੰਭੀਰ ਹੋ ਜਾਂਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਵੱਖ-ਵੱਖ ਅਦਾਲਤਾਂ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਕੀਤੇ ਗਏ ਨੇ। ਦੀਵਾਲੀ ਵਾਲੇ ਦਿਨ ਰਾਤ 8 ਵਜੇ ਤੋਂ ਲੈ ਕੇ 10 ਵਜੇ ਤੱਕ ਹਰੇ ਪਟਾਕੇ ਚਲਾਏ ਜਾ ਸਕਦੇ ਨੇ, ਗੁਰਪੁਰਬ ਨੂੰ ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਰਾਤ ਨੂੰ 9 ਵਜੇ ਤੋਂ ਲੈ ਕੇ 10 ਵਜੇ ਤੱਕ ਹਰੇ ਪਟਾਕੇ ਚਲਾਉਣ ਦੀ ਆਗਿਆ ਦਿੱਤੀ ਜਾਏਗੀ। ਇਸੇ ਤਰ੍ਹਾਂ 크리스마ਸ ਦੇ ਮੌਕੇ ਲੋਕ ਇਹ ਪਟਾਕੇ 11:55 ਤੋਂ ਲੈ ਕੇ 12:30 ਤੱਕ ਚਲਾ ਸਕਣਗੇ। ਇਸ ਦੇ ਨਾਲ ਹੀ ਸਾਡਾ ਅੱਜ ਦਾ ਖਬਰਾਂ ਦਾ ਬੁਲੇਟਿਨ ਇੱਥੇ ਸਮਾਪਤ ਹੁੰਦਾ ਹੈ। ਹੁਣ ਦੇਉਗਾ ਗਗਨਦੀਪ ਨੂੰ ਇਜਾਜ਼ਤ ਸੁੰਦਰ ਰੇਡੀਓ ਚਨ ਪਰਦੇਸੀ।